ਦੋਸਤੋ ਕੀ ਹਾਲ ਚਾਲ ਆ, ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਖੜ੍ਹੇ ਹਾਂ ਮੋਗਾ ਮੰਡੀ, ਦਿਨ ਐਤਵਾਰ, ਤਰੀਕ 11 ਫਰਵਰੀ 2024। ਸੋ ਬਹੁਤ ਹੀ ਸਾਰੇ ਟਰੈਕਟਰ ਆ ਮੰਡੀ ਦੇ ਵਿੱਚ, ਤੁਹਾਨੂੰ ਸਾਰੇ ਵਿਖਾਉਣੇ ਆ। ਸਭ ਤੋਂ ਪਹਿਲਾਂ ਆ ਗਿਆ ਸਵਰਾਜ 855 ਟਰੈਕਟਰ ਆ। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 2016 ਮਾਡਲ ਆ, ਡਿਮਾਂਡ ਹੈਗੀ ਆ 5,75,000 ਇਸ ਟਰੈਕਟਰ ਦੀ ਡਿਮਾਂਡ ਆ। ਰੀਜਨਲ ਰੰਗ ਪੇਟ ਦਾ ਸਾਰਾ ਟਰੈਕਟਰ ਆ, PB03 ਬਠਿੰਡੇ ਦਾ ਟਰੈਕਟਰ ਦਾ ਨੰਬਰ ਆ, ਹੈਵੀ ਬੰਪਰ ਲੱਗਾ, ਓਰੀਜਨਲ ਰੰਗ ਆ ਟਰੈਕਟਰ ਦਾ, ਤੁਸੀਂ ਦੇਖ ਸਕਦੇ ਹੋ। ਫੈਬਰ ਵਾਲੀ ਟਰੈਕਟਰ ਦੇ ਛਤਰੀ ਲੱਗੀ ਆ, 50 ਨੰਬਰ ਆ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ, ਟਾਇਰ ਟਰੈਕਟਰ ਦੇ 70 ਕੁ ਪੈਸੇ ਟਰੈਕਟਰ ਦੇ ਟਾਇਰ ਪਏ ਆ, ਨਾਲ ਦੇ ਟਾਇਰ ਆ, ਓਰੀਜਨਲ ਰੰਗ ਪੇਟ ਦਾ ਟਰੈਕਟਰ ਆ, ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ। ਮਗਰਾ ਟਰੈਕਟਰ ਦੇ ਬੇਦਾਗ ਮਗਰਾੜ ਆ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ, ਫੱਟੀ, ਛਤਰੀ, ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ। ਬਾਕੀ ਡਿਮਾਂਡ ਹੈਗੀ ਆ 5,75,000। ਜਿਹੜਾ ਆਪਣੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜਾਊਗਾ, 5,75,000 ਚੋਂ ਵੀ ਇਸ ਟਰੈਕਟਰ 'ਚੋਂ ਮਾਨ ਤਾਨ ਹੋ ਜੂਗਾ, 5,75,000 ਦੇ ਵਿੱਚੋਂ ਵੀ ਮਾਨ ਤਾਨ ਹੋ ਜੂਗਾ। ਸੋ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ। ਸੋ ਹੋਰ ਵੀ ਬਹੁਤ ਸਾਰੇ ਟਰੈਕਟਰ ਆ, ਤੁਹਾਨੂੰ ਸਾਰੇ ਵਿਖਾਉਣੇ ਆ। ਸੋ ਅੱਗੇ ਆ ਗਿਆ ਫਾਰਮ ਟਰੈਕ 45 ਟਰੈਕਟਰ ਆ। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 2001 ਮਾਡਲ ਆ, ਡਬਲ ਕਲੱਚ ਆ, 2001 ਮਾਡਲ ਟਰੈਕਟਰ ਆ, ਡਬਲ ਕਲੱਚ ਆ, ਓਰੀਜਨਲ ਰੰਗ ਪੇਟ ਦਾ ਟਰੈਕਟਰ ਆ, 50 ਨੰਬਰ ਆ, PB14। ਜੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ, 2,60,000 ਇਸ ਟਰੈਕਟਰ ਦੀ ਡਿਮਾਂਡ ਆ, 2,60,000 ਇਸ ਟਰੈਕਟਰ ਦੀ ਡਿਮਾਂਡ ਆ। ਪੂਰਾ ਸੋਹਣਾ ਅਤੇ ਓਰੀਜਨਲ ਟਰੈਕਟਰ ਆ, ਜੈਨੂਅਨ ਟਰੈਕਟਰ ਆ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ, ਫੱਟੀ, ਛਤਰੀ ਸਾਰਾ ਨਾਲ ਮਿਲੂਗਾ। ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਵੀ ਖਰੀਦ ਸਕਦੇ ਹੋ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ, 65 ਕੁ ਪੈਸੇ ਚਾਰੇ ਟਰੈਕਟਰ ਦੇ ਟਾਇਰ ਆ, ਓਰੀਜਨਲ ਰੰਗ ਆ ਟਰੈਕਟਰ ਦਾ, ਇੰਜਨ ਗੇਟ ਦੀ ਫੁੱਲ ਗਰੰਟੀ ਆ ਮਾਲਕ ਵੀਰਾਂ ਵੱਲੋਂ। ਕੰਡੀਸ਼ਨ ਬਾਕੀ ਟਰੈਕਟਰ ਦੀ ਤੁਹਾਡੇ ਸਾਹਮਣੇ ਆ। ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ, ਜਿਹੜਾ ਆਪਣੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜਾਊਗਾ, 2,60,000 ਦੇ ਵਿੱਚੋਂ ਵੀ ਮਾਨ ਤਾਨ ਹੋ ਜੂਗਾ। ਅੱਗੇ ਆ ਗਿਆ ਕਬੋਟਾ 55-01। ਜੇ ਗੱਲ ਕਰੀਏ ਮਾਡਲ ਦੀ, 2019 ਮਾਡਲ ਆ, ਡਿਮਾਂਡ ਹੈਗੀ ਆ 5,80,000 ਇਸ ਟਰੈਕਟਰ ਦੀ ਡਿਮਾਂਡ ਆ। ਓਰੀਜਨਲ ਰੰਗ ਪੇਟ ਦਾ ਟਰੈਕਟਰ ਆ, ਸੋਹਣਾ ਟਰੈਕਟਰ ਆ, ਫੈਬਰ ਵਾਲੀ ਛਤਰੀ ਲੱਗੀ ਆ, ਹੈਵੀ ਬੰਪਰ ਲੱਗਾ ਟਰੈਕਟਰ ਦੇ ਮੂਹਰੇ, ਓਰੀਜਨਲ ਰੰਗ ਪੇਟ ਦਾ ਟਰੈਕਟਰ ਆ, ਤੁਸੀਂ ਦੇਖ ਸਕਦੇ ਹੋ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ, ਚਾਰੇ ਟਾਇਰ ਪੋਲੋ ਕੰਪਨੀ ਦੇ, 70 ਪੈਸੇ ਟਰੈਕਟਰ ਦੇ ਟਾਇਰ ਆ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ, ਫੱਟੀ, ਛਤਰੀ, ਫੈਬਰ ਵਾਲੀ, ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ। ਬੇਦਾਗ ਮਗਰਾੜ ਆ, ਸੋਹਣਾ ਟਰੈਕਟਰ ਆ, ਇੰਜਣ ਗੇਅਰ ਦੀ ਫੁੱਲ ਗਰੰਟੀ ਆ, ਪਾਵਰ ਸਟੇਅਰਿੰਗ ਆ, ਡਬਲ ਕਲੱਚ ਆ, ਜਿੰਨਾ ਵੀ ਚੱਲਿਆ ਜੈਨੂਅਨ ਚੱਲਿਆ ਰਿਕਾਰਡ ਦੇ ਨਾਲ। ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਅੱਗੇ ਆ ਗਿਆ ਫਾਰਮ ਟਰੈਕ 45 ਟਰੈਕਟਰ ਆ, ਓਰੀਜਨਲ ਅਤੇ ਜੈਨੂਅਨ ਟਰੈਕਟਰ ਆ, 1999 ਮਾਡਲ ਟਰੈਕਟਰ ਆ, ਡਿਮਾਂਡ ਹੈਗੀ 1,65,000 ਇਸ ਟਰੈਕਟਰ ਦੀ ਡਿਮਾਂਡ ਆ। ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ, ਅੱਧੇ ਟਾਇਰ ਆ ਟਰੈਕਟਰ ਦੇ, 50 ਨੰਬਰ ਆ, ਸੋਹਣਾ ਟਰੈਕਟਰ ਆ,
ਓਰੀਜਨਲ, ਪੂਰਾ ਓਰੀਜਨਲ ਟਰੈਕਟਰ ਆ। ਇੰਜਣ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਆ। ਅੱਧੇ ਟਾਇਰ ਆ ਟਰੈਕਟਰ ਦੇ, ਬੇਦਾਗ ਮਗਰਾੜ ਆ, ਜਿਵੇਂ ਸਾਰਾ ਸਮਾਨ ਆ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ। ਜਿੰਨੀ ਟਰੈਕਟਰ ਦੀ ਡਿਮਾਂਡ ਆ 1,65,000 ਚੋਂ ਵੀ ਮਾਨਤਾਨ ਹੋ ਜੂਗਾ। ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਮਾਨਤਾਨ ਹੋ ਜੂਗਾ। ਸੋ ਕੰਟੈਕਟ ਨੰਬਰ ਮਾਲਕ ਦਾ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਹ ਵੀ ਟਰੈਕਟਰ ਖਰੀਦ ਸਕਦੇ ਹੋ। ਅੱਗੇ ਆ ਗਿਆ ਮਹਿੰਦਰਾ 575 DI, ਜਿਨ੍ਹਾਂ ਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ। ਪੰਜਾਬ ਨੰਬਰ ਆ, 2001 ਮਾਡਲ ਆ, ਪੰਜਾਬ ਨੰਬਰ ਆ, 2001 ਮਾਡਲ ਆ, ਓਰੀਜਨਲ ਰੰਗ ਪੇਂਟ ਦਾ ਸਾਰਾ ਟਰੈਕਟਰ ਆ। 2,20,000 ਇਸ ਟਰੈਕਟਰ ਦੀ ਡਿਮਾਂਡ ਆ। ਸੋਹਣਾ ਟਰੈਕਟਰ ਆ, ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ। ਟਾਇਰ ਟਰੈਕਟਰ ਦੇ ਅੱਧੇ ਟਾਇਰ ਆ, ਸਾਰਾ ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਬੇਦਾਗ ਮਗਰਾੜ ਆ ਟਰੈਕਟਰ ਦੇ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ। ਸੋਹਣਾ ਟਰੈਕਟਰ ਦੀ ਦੇਖ ਸਕਦੇ ਹੋ। ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ। 2,20,000 ਚੋਂ ਵੀ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਮਾਨਤਾਨ ਜ਼ਰੂਰ ਹੋ ਜੂਗਾ। ਅੱਗੇ ਆ ਗਿਆ ਮਹਿੰਦਰਾ ਆਰਜਨ 565 DI, ਜੇ ਗੱਲ ਕਰੀਏ ਮਾਡਲ ਦੀ, 2013 ਮਾਡਲ ਆ, ਡਿਮਾਂਡ ਹੈਗੀ ਆ 4,35,000, 4,35,000 ਇਸ ਟਰੈਕਟਰ ਦੀ ਡਿਮਾਂਡ ਆ। ਸੋਹਣਾ ਟਰੈਕਟਰ ਆ, ਤੁਸੀਂ ਦੇਖ ਸਕਦੇ ਹੋ, ਓਰੀਜਨਲ ਰੰਗ ਪੇਂਟ ਦਾ ਹਰਾ ਟਰੈਕਟਰ ਆ, ਓਰੀਜਨਲ ਰੰਗ ਪੇਂਟ ਦਾ ਹਰਾ ਟਰੈਕਟਰ ਆ। ਸਾਈਡ ਗੇਅਰ ਆ, ਜੇ ਗੱਲ ਕਰੀਏ ਟਾਇਰਾਂ ਦੀ, ਮਗਰਲੇ ਟਾਇਰ 65 ਪੈਸੇ ਆ, ਮੂਹਰਲੇ ਟਾਇਰ ਅੱਧੇ ਕਾ ਟਰੈਕਟਰ ਦੇ, ਪੰਜਾਬ ਨੰਬਰ ਆ, ਬੇਦਾਗ ਮਗਰਾੜ ਆ, ਡੈੱਕ ਲੱਗਾ ਟਰੈਕਟਰ ਦੇ, ਜਿਵੇਂ ਸਾਰਾ ਸਮਾਨ ਆ ਨਾਲ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ, ਸਾਰਾ ਸਮਾਨ ਇਸ ਟਰੈਕਟਰ ਦੇ ਨਾਲ ਮਿਲੂਗਾ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਪੰਜਾਬ ਨੰਬਰ ਆ, ਹੈਵੀ ਬੰਪਰ ਲੱਗਾ, 4,35,000 ਡਿਮਾਂਡ ਆ। ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ 4,35,000 ਚੋਂ ਵੀ ਮਾਨਤਾਨ ਹੋ ਜੂਗਾ। ਸਕਰੀਨ 'ਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਚੱਲ ਰਿਹਾ, ਤੁਸੀਂ ਉੱਥੋਂ ਗੱਲ ਕਰਕੇ ਉਸ ਟਰੈਕਟਰ ਨੂੰ ਖਰੀਦ ਸਕਦੇ ਹੋ। ਆ ਗਿਆ ਸਵਰਾਜ 735, ਸਵਰਾਜ 735 ਟਰੈਕਟਰ ਆ, ਪੰਜਾਬ ਨੰਬਰ ਆ, PB13 ਨੰਬਰ ਆ। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 1991 ਮਾਡਲ ਟਰੈਕਟਰ ਆ, ਡਿਮਾਂਡ ਹੈਗੀ 1,37,000 ਇਸ ਟਰੈਕਟਰ ਦੀ ਡਿਮਾਂਡ ਆ। ਸਾਰਾ ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ। ਜੇ ਗੱਲ ਕਰੀਏ ਮਗਰਲੇ ਟਾਇਰਾਂ ਦੀ, 55 ਪੈਸੇ ਟਾਇਰ ਆ, ਮੂਹਰਲੇ ਟਾਇਰ 35 ਪੈਸੇ ਆ, ਮੂਹਰਲੇ ਟਾਇਰ 35 ਪੈਸੇ ਆ। ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ, ਸਾਰਾ ਜੈਨੂਅਨ ਟਰੈਕਟਰ ਆ, ਸਾਰਾ ਜੈਨੂਅਨ ਅਤੇ ਓਰੀਜਨਲ ਟਰੈਕਟਰ ਆ। ਬੇਦਾਗ ਮਗਰਾੜ ਟਰੈਕਟਰ ਦੇ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ, ਸਾਰਾ ਟਰੈਕਟਰ ਦੇ ਨਾਲ ਮਿਲੂਗਾ। ਇੰਜਣ ਗੇਅਰ ਦੀ ਫੁੱਲ ਗਰੰਟੀ ਆ ਮਾਲਕ ਵੀਰਾਂ ਵੱਲੋਂ, ਇੰਜਣ ਗੇਅਰ ਦੀ ਫੁੱਲ ਗਰੰਟੀ ਆ। 1,37,000 ਚੋਂ ਵੀ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਮਾਨਤਾਨ ਜ਼ਰੂਰ ਹੋ ਜੂਗਾ। ਸਕਰੀਨ 'ਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਚੱਲ ਰਿਹਾ, ਤੁਸੀਂ ਉੱਥੋਂ ਗੱਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਅੱਗੇ ਆ ਗਿਆ ਫੋਰਡ 3600 ਟਰੈਕਟਰ ਆ। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 1995 ਮਾਡਲ ਟਰੈਕਟਰ ਆ, ਓਰੀਜਨਲ ਰੰਗ ਪੇਂਟ ਦਾ ਸਾਰਾ ਟਰੈਕਟਰ ਆ। ਡਿਮਾਂਡ ਹੈਗੀ 1,55,000, 1,55,000 ਇਸ ਟਰੈਕਟਰ ਦੀ ਡਿਮਾਂਡ ਆ। ਜੇ ਗੱਲ ਕਰੀਏ ਟਾਇਰਾਂ ਦੀ, ਅੱਧੇ ਟਾਇਰ ਆ ਟਰੈਕਟਰ ਦੇ ਸਾਰੇ, ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਬੇਦਾਗ ਮਗਰਾੜ ਆ, ਬੇਦਾਗ ਟਰੈਕਟਰ ਦੇ ਮਗਰਾੜ ਆ। ਬਾਕੀ ਜਿਵੇਂ ਟਰੈਕਟਰ ਦੇ ਨਾਲ ਸਾਰਾ ਸਮਾਨ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ, ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ। ਆ ਗਿਆ ਸੋਨਾਲੀਕਾ DI 750। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 2019 ਮਾਡਲ ਟਰੈਕਟਰ ਆ, ਡਿਮਾਂਡ ਹੈਗੀ ਆ 5,50,000,
550,000 ਇਸ ਟਰੈਕਟਰ ਦੀ ਡਿਮਾਂਡ ਆ। ਸਾਰਾ ਓਰੀਜਨਲ ਟਰੈਕਟਰ ਆ, PB04 ਫਰੀਦਕੋਟ ਦਾ ਟਰੈਕਟਰ ਦਾ ਨੰਬਰ ਆ, ਸਾਰਾ ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਸਿਕੰਦਰ ਮਾਡਲ ਆ, ਸਾਈਡ ਗੇਅਰ ਆ, ਸਾਈਡ ਗੇਅਰ ਟਰੈਕਟਰ ਆ, ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ। ਜੇ ਗੱਲ ਕਰੀਏ ਟਾਇਰਾਂ ਦੀ, ਟਾਇਰ ਟਰੈਕਟਰ ਦੇ 65 ਕੁ ਪੈਸੇ ਚਾਰੇ ਟਾਇਰ ਆ, ਪਾਵਰ ਸਟੇਅਰਿੰਗ ਆ। ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ, ਹੈਵੀ ਬੰਪਰ ਲੱਗਾ ਟਰੈਕਟਰ ਦੇ ਮੂਹਰੇ, ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ। ਬਾਕੀ 550,000 ਡਿਮਾਂਡ ਆ। ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ, 550,000 ਚੋਂ ਵੀ ਮਾਨ ਤਾਨ ਹੋ ਜਾਊਗਾ। ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਸਮਾਨ ਟਰੈਕਟਰ ਦੇ। ਕੰਟੈਕਟ ਨੰਬਰ ਮਾਲਕ ਦਾ ਸਕਰੀਨ 'ਤੇ ਚੱਲ ਰਿਹਾ, ਤੁਸੀਂ ਉੱਥੋਂ ਗੱਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਅੱਗੇ ਆ ਗਿਆ ਸਵਰਾਜ 735। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 2002 ਮਾਡਲ ਟਰੈਕਟਰ ਆ, ਡਿਮਾਂਡ ਹੈਗੀ ਆ 2,20,000 ਇਸ ਟਰੈਕਟਰ ਦੀ ਡਿਮਾਂਡ ਆ। ਟਾਇਰਾਂ ਦੀ ਗੱਲ ਕਰੀਏ, ਚਾਰੇ ਟਾਇਰ ਨਵੇਂ ਟਾਇਰ ਆ, 90 ਪੈਸੇ MRF ਕੰਪਨੀ ਦੇ, 90 ਪੈਸੇ ਟਰੈਕਟਰ ਦੇ ਟਾਇਰ ਆ। ਬੇਦਾਗ ਮਗਰਾੜ ਆ, ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ। ਇੰਜਣ ਗੇਅਰ ਦੀ ਫੁੱਲ ਗਰੰਟੀ ਆ ਮਾਲਕ ਵੀਰਾਂ ਵੱਲੋਂ ਇੰਜਣ ਗੇਅਰ ਦੀ ਫੁੱਲ ਗਰੰਟੀ ਆ। 55 ਨੰਬਰ ਆ, ਸੋਹਣਾ ਟਰੈਕਟਰ ਆ, 2,20,000 ਡਿਮਾਂਡ ਆ। ਬਾਕੀ ਮੌਕੇ 'ਤੇ ਮਾਨ ਤਾਨ ਹੋ ਜਾਊਗਾ 2,20,000 ਚੋਂ ਵੀ, ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ। ਸਕਰੀਨ 'ਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਅੱਗੇ ਟਰੈਕਟਰ ਆ ਗਿਆ 6522। ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ, 2005 ਮਾਡਲ ਟਰੈਕਟਰ ਆ, ਡਿਮਾਂਡ ਹੈਗੀ ਆ 3,95,000 ਇਸ ਟਰੈਕਟਰ ਦੀ ਡਿਮਾਂਡ ਆ। 55 ਨੰਬਰ ਆ, ਸੋਹਣਾ ਟਰੈਕਟਰ ਆ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਓਰੀਜਨਲ ਰੰਗ ਪੇਂਟ ਦਾ ਸਾਰਾ ਟਰੈਕਟਰ ਆ। ਜੇ ਗੱਲ ਕਰੀਏ ਟਾਇਰਾਂ ਦੀ, 60 ਕੁ ਪੈਸੇ ਟਾਇਰ ਪਏ ਆ ਟਰੈਕਟਰ ਦੇ, ਚਾਰੇ ਪੋਲੋ ਕੰਪਨੀ ਦੇ ਟਾਇਰ ਆ। ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ, ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ, ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ। ਛਤਰੀ ਬਾਈ ਹੁਣ ਕਹਿੰਦੇ ਲਾਈ ਵੀ ਨਾਲ ਮਿਲ ਜੂਗੀ। ਓਰੀਜਨਲ ਰੰਗ ਪੇਂਟ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ, ਡਿਮਾਂਡ ਹੈਗੀ ਆ 3,95,000 ਚੋਂ ਵੀ ਮਾਨ ਤਾਨ ਹੋ ਜੂਗਾ। ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਬਾਈ ਕੋਲ। ਸੋ ਕੰਟੈਕਟ ਨੰਬਰ ਬਾਈ ਦਾ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਅੱਗੇ ਆ ਗਿਆ ਮਹਿੰਦਰਾ 605 DI, ਮਹਿੰਦਰਾ ਅਰਜਨ 605 DI, ਸੋਹਣਾ ਟਰੈਕਟਰ ਆ, 2022 ਮਾਡਲ ਟਰੈਕਟਰ ਆ, 55 ਨੰਬਰ ਆ, ਡਿਮਾਂਡ ਹੈਗੀ ਆ 785, ਕੈਸ਼ ਕਾਪੀ ਆ 785,000 ਇਸ ਟਰੈਕਟਰ ਦੀ ਡਿਮਾਂਡ ਆ। ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਮੂਹਰਲੇ ਟਾਇਰ ਟਰੈਕਟਰ ਦੇ ਵੱਡੇ ਪਾਏ ਆ ਦੂਜੇ ਟਾਇਰਾਂ ਨਾਲੋਂ, ਮਗਰਲੇ ਟਾਇਰ ਵੀ ਹੈਗੇ ਆ 70 ਕੁ ਪੈਸੇ। ਓਰੀਜਨਲ ਰੰਗ ਪੇਂਟ ਦਾ ਟਰੈਕਟਰ ਆ, ਸੋਹਣਾ ਟਰੈਕਟਰ ਆ, ਸਾਈਡ ਗੇਅਰ ਆ, ਫੈਵਰ ਵਾਲੀ ਛਤਰੀ ਲੱਗੀ ਆ, ਡੈੱਕ ਲੱਗਾ ਨਾਲ ਟਰੈਕਟਰ ਦੇ, ਮੂਹਰੇ ਬੰਪਰ ਲੱਗਾ, 55 ਨੰਬਰ ਆ, 22 ਮਾਡਲ ਆ, 785 ਇਸ ਟਰੈਕਟਰ ਦੀ ਡਿਮਾਂਡ ਆ, ਕੈਸ਼ ਕਾਪੀ ਕਲੀਅਰ। ਸੋ ਕੰਟੈਕਟ ਨੰਬਰ ਬਾਈ ਦਾ ਸਕਰੀਨ 'ਤੇ ਚੱਲ ਰਿਹਾ, ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਵੀ ਖਰੀਦ ਸਕਦੇ ਹੋ। ਸੋ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ। ਜੇ ਤੁਸੀਂ ਇਹ ਵੀਡੀਓ ਯੂਟਿਊਬ 'ਤੇ ਵੇਖ ਰਹੇ ਹੋ ਤਾਂ ਆਪਣਾ ਯੂਟਿਊਬ ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜੇ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਵੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।